ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਸਟੱਡੀ ਬਾਈ ਹਰਪ੍ਰੀਤ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਜੋ ਦੋਸਤੋ ਜੋ ਪੀਐਸ ਪੀਸੀਐਲ ਵੱਲੋਂ ਜੋ ਲਾਈਨਮੈਨ ਦੀਆਂ ਜੋ ਅਪਰੈਂਟਸ਼ਿਪ ਵਾਸਤੇ ਜੋ ਵੈਕੰਸੀ ਆਊਟ ਕੀਤੀਆਂ ਗਈਆਂ ਨੇ ਠੀਕ ਹੈ ਤੇ ਕਿਸ ਤਰ੍ਹਾਂ ਅਪਲਾਈ ਕਰਨਾ ਹੈ ਕਿ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਕੁਆਲਿਫੀਕੇਸ਼ਨ ਸਾਰੀ ਡਿਟੇਲ ਇਸ ਵੀਡੀਓ ਵਿੱਚ ਦਵਾਵਾਂਗਾ ਤਾਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਵੇਖਣਾ ਦੋਸਤੋ ਮੈਂ ਜੋ ਪਹਿਲਾ ਵੀਡੀਓ ਬਣਾ ਦੇਣੀ ਸੀ ਠੀਕ ਮੇਰੀ ਤबीयत ਜੋ ਠੀਕ ਨਹੀਂ ਹੈ ਕਿਸੇ ਤੈਸ ਕਰਕੇ ਲੇਟ ਵੀਡੀਓ ਬਣਾ ਰਿਹਾ ਤਾਂ ਸ਼ੁਰੂ ਕਰਦੇ ਹਾਂ ਫਿਰ ਅੱਜ ਦੀ ਵੀਡੀਓ ਨੂੰ ਦੋਸਤੋ ਜੇ ਵਕੈਂਸੀ ਜੋ ਟਰੇਨਟਸ਼ਿਪ ਦੀ ਆਊਟ ਕੀਤੀ ਗਈ ਲੁਧਿਆਣਾ ਵਿੱਚ ਆਊਟ ਕੀਤੀ ਗਈ ਠੀਕ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਜਨਤਾ ਨਗਰ ਡਿਵੀਜ਼ਨ ਲੁਧਿਆਣਾ ਠੀਕ ਹੈ ਤੋਂ ਆਊਟ ਕੀਤੀ ਗਈ ਹੈ ਪੀ ਐਸ ਪੀ ਸੀ ਐਲ ਵੱਲੋਂ ਤੇ ਜੋ ਡਿਸਟ੍ਰਿਕਟ ਰਾਮਦਾਸ ਦੀ ਦਿੱਲੀ ਲੁਧਿਆਣਾ ਠੀਕ ਹੈ ਜੋ ਸਟੇਟ ਪੰਜਾਬ ਤੇ ਜੋ ਐਡਰੈਸ ਲਾਈਨ ਆ ਸਾਰਾ ਕੁਝ ਦਿੱਤਾ ਹੈ ਜਨਤਾ ਨਗਰ ਡਿਵੀਜ਼ਨ ਐਸ ਪੀ ਐਲ ਗਿਲ ਰੋਡ ਪੀ ਐਸ ਪੀ ਸੀ ਐਲ ਲੁਧਿਆਣਾ ਠੀਕ ਹੈ ਇਆ ਤੁਸੀਂ ਚੈੱਕ ਕਰ ਲੈਣਾ ਤੇ ਕੁਆਲਿਫੀਕੇਸ਼ਨ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਸਿੰਪਲ ਸਿੰਪਲ 8ਵੀਂ ਪਾਸ ਰੱਖੀ ਗਈ ਹੈ ਜੇਕਰ ਤੁਸੀਂ 8ਵੀਂ ਕੀਤੀ ਹੈ ਤਾਂ ਅਪਲਾਈ ਕਰ ਸਕਦੇ ਹੋ 8ਵੀਂ 10ਵੀਂ 12ਵੀਂ ਜੋ ਵੀ ਹੈਗੀ ਤੁਹਾਡੇ ਕੋਲ ਅਪਲਾਈ ਕਰ ਸਕਦੇ ਹੋ ਤੇ ਬਾਕੀ ਆ ਤੁਸੀਂ ਚੈੱਕ ਕਰ ਲੈਣ ਡਾਇਰੈਕਸ਼ਨ ਹੈਗਾ ਜੋ ਇਹਦਾ 25 ਮੰਤ ਦਾ ਰੱਖਿਆ ਗਿਆ ਤੇ ਤਨਮਦਾਸਿ ਦਿੱਤਾ ਜੋ ਲਾਈਨਮੈਨ ਦੀ ਗਈ ਤੇ ਨੰਬਰ ਆਪ ਜੋ ਓਪਨਿੰਗ ਹੈਗੀ ਪੋਸਟਾਂ ਵਾਂਗਰ ਹੈਗੇ 52 ਪੋਸਟਾਂ ਨੇ ਸੈਲਰੀ ਗੱਲ ਕਰੀਏ ਤਾਂ 7700 ਤੋਂ ਲੈ ਕੇ 8050 ਰੁਪਏ ਤੁਹਾਡੀ ਰਹੇਗੀ ਤੇ ਬਾਕੀ ਕੁਆਲਿਫੀਕੇਸ਼ਨ ਹੈਗੀ 8ਵੀਂ ਪਾਸ 8ਵੀਂ ਪਾਸ ਕੀਤੀ ਜਾਂ ਤਾਂ 8ਵੀਂ 10ਵੀਂ 12ਵੀਂ ਜੋ ਵੀ ਹੈਗੇ ਤਾਂ ਅਪਲਾਈ ਕਰ ਸਕਦੇ ਹੋ ਤਾਂ ਇਹ ਜਾਣਕਾਰੀ ਇੰਨੀ ਕੁ ਹੈਗੀ ਤੇ ਅਪਲਾਈ ਤੁਸੀਂ ਆਨਲਾਈਨ ਕਰਨਾ ਠੀਕ ਹੈ ਤੇ ਬਾਕੀ ਆਈਡੀ ਗਾਰਡ ਮੇ ਵੈਬਸਾਈਟ ਖੋਲਹੀ ਇਸ ਦਾ ਜੋ ਲਿੰਕ ਮੈਂ ਆਪਣੇ ਟੈਲੀਗ੍ਰam ਗਰੁੱਪ ਵਿੱਚ ਦੇ ਦਾਂਗਾ ਤੇ ਟੈਲੀਗ੍ਰam ਗਰੁੱਪ ਨੂੰ ਜੁਆਇਨ ਜ਼ਰੂਰ ਕਰ ਲਓ ਠੀਕ ਹੈ ਤੇ ਟੈਲੀਗ੍ਰam ਗਰੁੱਪ ਦਾ ਲਿੰਕ ਮੈਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦਿੱਤਾ ਤਾਂ ਜਾ ਕੇ ਜੁਆਇਨ ਜ਼ਰੂਰ ਕਰ ਲਓ ਤਾਂ ਐਸਆਈ ਦੀ ਵੀਡੀਓ ਵੀਡੀਓ ਵਧੀਆ ਲੱਗੀ ਤੇ ਵੀਡੀਓ ਲਾਈਕ ਜ਼ਰੂਰ ਕਰਨਾ ਧੰਨਵਾਦ